ਜੰਡਿਆਲਾਗੁਰੂ ਸ਼ਹਿਰ ਦੇ ਨਿਵਾਸੀ ਕਈ ਸਮੱਸਿਆ ਨਾਲ ਜੂਝ ਰਹੇ ਹਨ ਚਾਹੇ ਉਹ ਗੰਦਗੀ ਦੇ ਢੇਰਾਂ ਦੀ ਸਮੱਸਿਆ ਹੋਵੇ ਚਾਹੇ ਟ੍ਰੈਫਿਕ ਦੀ ਸਮੱਸਿਆ ਹੋਵੇ ਤੇ ਜਾਂ ਫਿਰ ਸੀਵਰੇਜ ਜਾਮ ਹੋਣ ਦੀ ਸਮੱਸਿਆ ਹੋਵੇ ਜੰਡਿਆਲਾ ਦੀ ਜੋਤੀਸਰ ਕਲੋਨੀ ਦੇ ਵਸਨੀਕ ਪਿਛਲੇ ਕਰੀਬ 4 ਮਹੀਨਿਆਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਸੀਵਰੇਜ ਦਾ ਪਾਣੀ ਇਕੱਠਾ ਹੋਣ ਕਾਰਨ ਪਰੇਸ਼ਾਨ ਹਨ ਦੂਜੇ ਪਾਸੇ ਗੰਦੇ ਬਦਬੂਦਾਰ ਪਾਣੀ ਨਾਲ ਬਿਮਾਰੀ ਫੈਲਣ ਦਾ ਵੀ ਡਰ ਇਸ ਮੁਸ਼ਕਲ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਸੰਜੀਪ ਕੁਮਾਰ लवली ਨੂੰ ਮੰਗ ਪੱਤਰ ਦਿੱਤਾ ਗਿਆ ਸੀਵਰੇਜ ਤਿੰਨ ਮਹੀਨੇ ਤੋਂ ਬੰਦ ਹੈ ਔਰ ਸਾਰੀ ਜਿਹੜੇ ਘਰਾਂ 'ਚ ਪਾਣੀ ਵੜ ਰਿਹਾ ਵਾ ਉੱਥੇ ਲੋਕਾਂ ਦੇ ਜਿਹੜੇ ਪਾਣੀ ਥੱਲੇ ਇਕੱਠਾ ਹੋ ਕੇ ਪਲਾਟਾਂ ਵਿੱਚ ਔਰ ਘਰਾਂ ਦੇ ਥੱਲੇ ਜਿਹੜਾ ਪਾਣੀ ਖਰਾਬ ਹੋ ਗਿਆ ਪਾਣੀ ਪੀਣ ਯੋਗ ਨਹੀਂ ਰਹਿ ਗਿਆ ਉਹਦੇ ਵਾਸਤੇ ਬਾਰ ਬਾਰ ਕਮੇਟੀ ਨੂੰ ਅੱਗੇ ਆ ਕੇ ਕਹਿੰਦੇ ਰਿਹਾ ਕਿ ਸੁਫਾਈ ਕਰਾਈਓ ਨਹੀਂ ਸਫਾਈ ਨਹੀਂ ਹੋਈ ਇਸ ਕਰਕੇ ਸਾਰਾ ਮੱਲਾ ਇਕੱਠਾ ਹੋ ਗਿਆ ਕਿ ਸੀਵਰੇਜ ਦਾ ਸੁਫਾਈ ਕਰਾਈ ਜਾਵੇ ਔਰ ਪਾਣੀ ਜਿਹੜਾ ਗੰਦਾ ਪਾਣੀ ਆ ਜਿਹੜਾ ਪ੍ਰਾਣਾ ਇਕੱਠਾ ਹੋਇਆ ਉਹਦਾ ਪ੍ਰਬੰਧ ਕੀਤਾ ਜਾਵੇ। ਉਹ ਜ਼ਿੰਮੇਵਾਰੀ ਈਓ ਨਗਰ ਕੌਂਸਲ ਦੇ ਉੱਤੇ ਸੁੱਟੀ ਜਾਂਦੇ ਈਓ ਉਹਨਾਂ ਦੇ ਉੱਤੇ ਸੁੱਟੀ ਜਾ ਰਹੀਆ। ਸਾਡੇ ਪ੍ਰਧਾਨ ਜੀ ਸਜੀਵ ਕੁਮਾਰ ਲਵਲੀ ਜੀ ਔਰ ਸਾਡੀ ਸਾਰੀ ਨਗਰ ਕੌਂਸਲ ਜਿਹੜੀ ਐ ਇਸ ਗੱਲ 'ਤੇ ਤਤਪਰ ਆ ਕਿ ਜਿਹੜੀ ਜ਼ਿੰਮੇਵਾਰੀ ਆ ਇਹਨਾਂ ਅਫਸਰਾਂ ਦੀ ਫਿਕਸ ਕੀਤੀ ਜਾਵੇ। ਇਹਦੇ ਲਈ ਸਾਨੂੰ ਡੀਸੀ ਸਾਹਿਬ ਕੋਈ ਜਾਣਾ ਪਿਆ ਜਾਂ ਹੋਰ ਵੀ ਕਿਸੇ ਹਾਰ ਉੱਚ ਅਫਸਰ ਕੋਲ ਵੀ ਜਾਣਾ ਪਿਆ ਤੇ ਜਾਵਾਂਗੇ। ਔਰ ਜਿਹੜਾ ਸ਼ਹਿਰ ਦਾ ਇਹ ਸਮੱਸਿਆ ਜਿਹੜੀ ਗੰਦੇ ਪਾਣੀ ਦੀ ਸੀਵਰੇਜ ਦੀ ਉਹਨੂੰ ਜੇਤੀ ਤੋਂ ਜੇਤੀ ਹੱਲ ਕੀਤਾ ਜਾਵੇ ਸਮੱਸਿਆ ਉਹਨਾਂ ਦੇ ਜੀ ਸੀਵਰੇਜ ਦੀ ਸਮੱਸਿਆ ਸੀਗੀ ਉਹ ਅਫਸਰਾਂ ਨੂੰ ਕਹਿ ਦਿੱਤਾ ਗਿਆ ਵਾ ਮਸ਼ੀਨਾਂ ਮੰਗਾ ਕੇ ਤੇ ਉਸ ਸਮੱਸਿਆ ਜਿਹੜੀ ਇੱਕ ਦੇ ਦਿਨ ਚ ਹੱਲ ਕਰ ਦਿੱਤੀ ਜਾਊਗੀ ਜੀ ਉਹ ਸੀਵਰੇਜ ਦੀ ਬਲੌਕਿੰਗ ਸੀ ਜੀ ਉਹਦੇ ਕਰਕੇ ਸਾਰੀ ਉਹ ਸਮੱਸਿਆ ਸੀਗੀ ਕੋਈ ਇਹੋ ਜੀ ਗੱਲ ਨਹੀਂ ਕਿ ਜਿਹੜੀਆਂ ਐ ਹੀ ਨਵੀਆਂ ਬਣਾਈਆਂ ਉੱਥੇ ਤਾਂ ਕੋਈ ਇਹੋ ਜੀ ਕੰਪਲੇਨ ਨਹੀਂ ਕੀ ਜੀ ਜੇ ਕੋਈ ਹੈਗੀ ਆ ਤਾਂ ਸਾਡੇ ਸਾਹਮਣੇ ਲਿਆਂਦੀ ਜਾਵੇ ਜੇ ਕੋਈ ਪਹਿਲੀ ਕੋਈ ਹੋਊਗੀ ਕੋਈ 5 ਸਾਲ ਪਹਿਲਾਂ ਬਣੀ 7 ਸਾਲ ਪਹਿਲਾਂ ਬਣੀ ਉਹ ਕਿਹੇ ਹੁਣ ਪਾਣੀ ਦੀ ਮਾਰ ਕਰਕੇ ਕੋਈ ਇਹੋ ਜੀ ਗੱਲ ਹੋਊਗੀ ਤੇ ਉਹ ਵੱਖਰੀ ਗੱਲ ਆ ਸਾਡੇ ਕੋਈ ਇਹੋ ਜੀ